ਇੱਕ ਦੋ ਮਿੰਟ ਦਾ ਹੋਰ ਸੁਣ ਲਓ ਜੀ, ਤੇ ਆਪਾਂ ਕੁਲਵੰਤ ਸਿੰਘ ਨੂੰ ਵੀ ਸੁਣ ਲਓ ਨਾਲ ਲੱਗਦਾ। ਠੀਕ ਹੈ, ਟਕਸਾਲੀ ਨਾ ਕਹਿਣ ਵੀ ਅਸੀਂ ਪਿੱਛੇ ਰਹਿ ਸਾਡੇ ਵਿੱਚ ਪਣਪਿਆ। ਪਹਿਲਾਂ ਲੋਕ ਪੜ੍ਹਦੇ ਹੁੰਦੇ ਸੀ, ਕਿਤੇ 10-20 ਸਾਲ ਲਾਉਂਦੇ ਸੀ ਤੇ ਉਨ੍ਹਾਂ ਦੇ ਉਸਤਾਦ ਵੇਖ ਲੈਂਦੇ ਸੀ ਵੀ ਹੁਣ ਇਹ ਗਿਆਨ ਨੂੰ ਸਮਝਣ ਜੋਗਾ ਹੋ ਗਿਆ ਤੇ ਹੁਣ ਤੂੰ ਸਟੇਜ ਤੇ ਬਹੁ। ਤਾਂ ਹੁਣ ਕੀ ਹੋਇਆ, ਗਿਆਨ ਇੱਕ ਅੱਗ ਹੈ, ਅਖਰੀ ਗਿਆਨ ਇੱਕ ਅਗਨੀ ਏ। ਜਾਣੀ ਨਾ ਅਸਲ ਚ ਜਿਹੜੇ ਮਿਸ਼ਨਰੀ ਆ ਸਾਰੇ ਧੁੰਦੇ ਹੁਣੀ ਵੀ ਸਾਰੇ ਜੀ, ਅਸਲ ਵਿਚ ਉਹ ਇੱਥੇ ਖੜੇ ਆ ਜਾਣੀ, ਰਾਈਟ? ਠੀਕ ਹੈ, ਜਿੱਥੇ ਕੁਲਵੰਤ ਸਿੰਘ ਗੱਲ ਕਹਿ ਰਿਹਾ ਠੀਕ ਭਈ ਗਿਆਨ ਲੰਬਾ ਟਾਈਮ ਲੱਗਦਾ ਸੀ ਗਿਆਨ ਦੇਣ ਨੂੰ, ਉੱਥੇ ਫਿਰ ਉਸਤਾਦ ਦੇਖਦੇ ਸੀ, ਉਹਨੂੰ ਸਮਝਾਉਂਦੇ ਸੀ, ਠੀਕ ਹੈ, ਮਤਲਬ ਕਮੀਨਗੀ ਭਰਦੇ ਸੀ ਉਹਦੇ ਅੰਦਰ ਕੁੱਟ ਕੁੱਟ ਕੇ, ਠੀਕ ਹੈ, ਭਈ ਤੂੰ ਖਿਆਲ ਰੱਖੀ ਸਟੇਜ ਬਚਾ ਕੇ ਰੱਖਣੀ ਆ, ਉਨਾ ਕੁ ਬੋਲੀ ਜਿੰਨਾ ਕੁ ਲੋਕ ਸਿੰਧੇ ਆ, ਕਮੇਟੀ ਨੂੰ ਉਹਨਾਂ ਨੂੰ ਰਾਜ ਕਰ ਲਈ। ਇਹ ਕੁੱਟ ਕੁੱਟ ਕੇ ਤਿੰਨਾਂ ਚੌਂ ਸਾਲਾਂ ਚ ਜਿੰਨੇ ਵੀ ਸਾਲ ਲਾਉਂਦੇ ਭਰਦੇ ਸੀ। ਇਹ ਕੁਲਵੰਤ ਸਿੰਘ ਵੀ ਮਿਸ਼ਰੀ ਆ, ਠੀਕ ਹੈ, ਪਹਿਲਾਂ ਹਾਂ ਇਹ ਆ ਅਸਲ ਚ ਇਹਨਾਂ ਦੀ ਪਿੰਦਰਪਾਲ ਹੁਣੀ ਜਿੰਨੇ ਵੀ ਧੁੰਦੇ ਹੁਣੀ ਸਾਰੇ ਹੀ ਆ ਨਾ, ਇਹਨਾਂ ਦੀ ਵਿਚਾਰਧਾਰਾ ਇੱਥੇ ਕਿਆ। ਹਾਂ ਇਹਨਾਂ ਚ ਕੋਈ ਕੋਈ ਇਦਾਂ ਹੈਗਾ ਵੀ ਕਲਿੱਪ ਬਣਾਉਣ ਲਈ ਦਾ ਵਾਲਾ ਖਾ ਕੇ, ਕੋਈ ਸਰਕਾਰ ਨੂੰ ਕਹਿ ਦਿੰਦਾ, ਕੋਈ ਬਾਦਲਾਂ ਨੂੰ ਕਹਿ ਦਿੰਦਾ, ਕੋਈ ਜਥੇਦਾਰਾਂ ਨੂੰ ਕਹਿ ਦਿੰਦਾ, ਕੋਈ ਗ੍ਰੰਥ ਦੇ ਵਿਰੁੱਧ ਕਹਿ ਹੁੰਦਾ, ਇੱਦਾਂ ਇਹਨੇ ਬਾਕੀ ਉਦਾਂ ਉਦਾਂ ਰਹਿਣਾ, ਇੱਦਾਂ ਸਾਂਝੀ ਭਾਬੀ ਬਣ ਕੇ ਚਾਹੁੰਦੇ ਆ। ਤੇ ਆਹ ਥਿਊਰੀ ਹੈ ਇਹਨਾਂ ਦੀ ਵੀ ਭਾਈ ਜਿਹੜੇ ਬੰਦੇ ਇੱਦਾਂ ਇੱਦਾਂ ਨਾ ਬੋਲੋ, ਪਹਿਲਾਂ ਉਹਦੇ ਐਨ ਵਿੱਚ ਆਓ, ਠੀਕ ਹੈ, ਸਰਕਲ ਦੇ ਅੰਦਰ ਦਾਇਰੇ ਦੇ ਅੰਦਰ ਆ ਜਾਓ ਪਹਿਲਾਂ, ਫਿਰ ਤੁਹਾਨੂੰ ਸਾਰਾ ਉਹ ਜਿਹੜਾ ਜਿਹਨੂੰ ਕੀ ਕਹਿੰਦੇ ਆ ਐਥਿਕਸ, ਸਾਡੇ ਵਾਂਗੂ ਕਮੀਨੇ ਬਣ ਜਾਓ, ਤੁਹਾਨੂੰ ਸਲੀਕਾ ਸਿਖਾਇਆ ਜਾਵੇ, ਕਮੀਨਾਪਣ ਭਰਿਆ ਜਾਵੇ ਤੁਹਾਡੇ ਅੰਦਰ, ਫਿਰ ਤੁਸੀਂ ਅੱਗੇ ਜਾ ਕੇ ਗੱਲ ਕਰਿਓ। ਤੇ ਆਪ ਜੀ ਨੂੰ ਪਤਾ ਹੈ ਜੇ ਅੱਗ ਕਮਲੇ ਬੰਦੇ ਦੇ ਹੱਥ ਵਿਚ ਆ ਜਾਏ ਕੀ ਕਰੇਗਾ, ਜਿਹਦਾ ਦਿਮਾਗ ਕੰਮ ਨੀ ਕਰਦਾ, ਕਮਲੇ ਬੰਦੇ ਦੇ ਹੱਥ ਵਿਚ, ਬਸ ਉਹਨੇ ਅੱਗ ਲਾਉਣੀ ਸ਼ੁਰੂ ਕਰ ਦੇਣੀ, ਕਦੀ ਕਿਤੇ ਚੰਗਿਆਰੀ ਵਿਗਾ, ਕਦੀ ਕਿਤੇ ਵਿਗਾ, ਉਹਨੇ ਆਪਣਾ ਪਾਗਲਪਣ ਅੱਗ ਲਾ ਦੇਣੀ ਸਾਰੇ ਥਾਂ। ਸਿਆਣਾ ਬੰਦਾ ਅੱਗ ਨੂੰ ਸੰਭਾਲ ਕੇ ਰੱਖੇਗਾ। ਜਿਹੜੇ ਧਾਰਮਿਕ ਗ੍ਰੰਥ ਨੇ ਨਾ, ਇਨ੍ਹਾਂ ਦੇ ਵਿਚ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਾਡੇ ਲੇਵਲ ਦੀਆਂ ਨਹੀਂ, ਤੇ ਬਿਨਾਂ ਪੜ੍ਹਨ ਤੋਂ ਬਿਨਾਂ ਸੰਗਤ ਕਰਨ ਤੋਂ ਕਹਿੰਦੇ ਅਸੀਂ ਤੇ ਹੁਣ ਵਿਚੋਂ ਕੱਢ ਕੱਢ ਕੇ ਵਿਖਾਵਾਂਗੇ ਜੀ ਕੀ ਲਿਖਿਆ ਹੋਇਆ ਤੁਹਾਡੇ ਕੀ ਏ। ਨਹੀਂ ਹੁਣ ਜਦੋਂ ਭਗਤ ਕਬੀਰ ਜੀ ਦੀ ਗੱਲ ਆਉਂਦੀ ਆ, ਨਾਮਦੇਵ ਜੀ ਦੀ ਗੱਲ ਆਉਂਦੀ ਆ, ਹੈਨਾ, ਉਹ ਬ੍ਰਾਹਮਣ ਤਾਂ ਇਹੀ ਕਹਿੰਦਾ ਹੋਣਾ ਨਾ, ਠੀਕ ਹੈ, ਤੇ ਤੂੰ ਕੋਈ ਗਿਆਨ ਦੀ ਗੱਲ ਸਮਝਾ ਯਾਰ ਲੋਕਾਂ ਨੂੰ, ਹੈਨਾ, ਵੀ ਤੂੰ ਲਾਪਿਆਂ ਸੋ ਨੂੰ ਤਕੀਏ ਤੁਰਕ ਜੇ ਹੋਏਗਾ ਔਰ ਤਕਾ ਕੇ, ਵੀ ਕਾਹਤੇ ਇਹ ਗੱਲਾਂ ਲੱਭ ਲੱਭ ਕੇ ਕਿ ਕੋਈ ਗੱਲ ਤੈਨੂੰ ਲੱਭੀ ਆ, ਮੁਸਲਮਾਨਾਂ ਚ ਇੰਨੀਆਂ ਚੰਗੀਆਂ ਗੱਲਾਂ ਉਹ ਕਿਉਂ ਨੀ ਕਰਦਾ ਤੂੰ, ਸਾਡੇ ਵਾਂਗੂ ਕਿਉਂ ਨੀ ਕਰਦਾ ਗੱਲ, ਠੀਕ ਹੈ। ਹੁਣ ਔਰੰਗਜ਼ੇਬ ਨੂੰ ਉਹੀ ਇਤਰਾਜ ਹੋਇਆ ਸੀ ਨਾ, ਵੀ ਤੁਸੀਂ ਇਹ ਕਿਉਂ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ ਪੇੜੇ ਪਿਖ ਮਿਆਰ, ਉਹੀ ਕਹਿੰਦਾ ਸੀ ਨਾ, ਬਸ ਇੱਕੋ ਗੱਲ ਸੀ, ਤੇ ਹੋਰ ਕੋਈ ਗੱਲ ਨੀ ਆਉਂਦੀ ਤੈਨੂੰ, ਇੰਨਾ ਕੁਛ ਆ ਕਰਨੇ ਨੂੰ, ਹੈਨਾ, ਇੰਨੀਆਂ ਨਵਾਜਾਂ ਅਸੀਂ ਪੜ੍ਹਦੇ ਹਾਂ ਉਹਦੇ ਬਾਰੇ ਲਿਖ ਜੋ ਲਿਖਣਾ, ਪੀ ਐਚ ਡੀਆਂ ਇੱਦਾਂ ਕਰਾਉਂਦੇ ਇਹਨਾਂ ਨੂੰ, ਕੀ ਵਿਖਾਓਗੇ ਕੱਢ ਕੇ, ਕਮਲੇ ਦੇ ਹੱਥ ਵਿਚ ਅੱਗ ਆ ਗਈ ਹੈ। ਅੱਛਾ, ਉਨ੍ਹਾਂ ਦੇ ਭਾਵ ਅਰਥ ਇੰਨੀ ਸਮਝ ਨੀ ਆਉਂਦੇ ਵੀ ਉਹ ਗੱਲਾਂ ਕਿਵੇਂ ਲਿਖੀਆਂ ਨੇ, ਚਲੋ ਮੰਨਦੇ ਹਾਂ ਕੁਝ ਗੱਲਾਂ ਇਹ ਧਾਰਮ ਇਤਿਹਾਸਕ ਗ੍ਰੰਥ ਨੇ, ਇਨ੍ਹਾਂ ਵਿਚ ਗੱਲਾਂ ਆ ਸਕਦੀਆਂ ਨੇ, ਕੋਈ ਕੋਈ ਬੰਦਾ ਆਪਣੇ ਵੱਲੋਂ ਪਾ ਸਕਦਾ ਕੁਝ ਨਾ ਕੁਝ, ਇੱਦਾਂ ਕਹਿ ਕੇ ਛੁਟਕਾਰਾ ਪਾ ਲਓ, ਯਾਰ ਤੁਸੀਂ ਇਹ ਦੱਸ ਦਿਓ ਪਿਆ ਉਹਨੇ ਆਪਣੇ ਵੱਲੋਂ ਪਾਤੀ ਆ, ਠੀਕ ਆ, ਮਸਲਾ ਹੱਲ ਹੋ ਜਾਵੇ, ਸਾਨੂੰ ਵੀ ਸਮਝ ਆ ਜਾਵੇ, ਉਹੀ ਪੰਨਾ ਕੱਢ ਕੇ ਸੰਗਤ ਵਿਚ ਲਿਆਉਣਾ ਜਿਹੜਾ ਦੁਬਧਾ ਪਾਉਂਦਾ,
ਇੰਨੇ ਚਿਰ ਦੇ ਲੋਕ ਕਥਾ ਕਰਦੇ ਨੇ ਪਏ ਸਿਆਣੇ ਚਲੀ ਜਾਂਦੀ ਸਾਰੇ ਦੀਆਂ ਜਿਹੜੀ ਗੱਲ ਅੱਗੇ ਲੰਘਾ ਦਿਓ ਕਿਹੜਾ ਗੁਰੂ ਹੋਏ ਚੱਲੀ ਜਾਂਦੀਆਂ ਦੁਕਾਨਾਂ ਸਾਰੀ ਤੁਸੀਂ ਵੀ ਚਲਾਓ ਆਪਣੀਆਂ ਕਾਹਨੂੰ ਖਾਈ ਸਾਨੂੰ ਖਾਈ ਜਾਣਦੇ ਰਲ ਮਿਲ ਕੇ ਖਾਈ ਜਾਓ ਇਹਨਾਂ ਨੂੰ ਮੌਜ ਆ ਨਾ ਇਹ ਕਹਿੰਦੇ ਵੀ ਜਿੱਦਾਂ ਜਿੱਦਾਂ ਇੱਦਾਂ ਜਿਹੜੀ ਇੱਦਾਂ ਦੀ ਗੱਲ ਆ ਉਹਨੂੰ ਛੱਡ ਦਿਓ ਹਨਾ ਉਹਦੇ ਵਿੱਚ ਕੀ ਆ ਫਿਰ ਇਹ ਮੋਨੀਟਰ ਰਹਿਣਗੇ ਜਿਹੜਾ ਬੰਦਾ ਨਵਾਂ ਆਊਗਾ ਤਾਂ ਮਗਰੇ ਰਹੂਗਾ ਐਕਸਪੀਰੀਅੰਸ ਇਹਨਾਂ ਨੂੰ ਜ਼ਿਆਦਾ ਪਰ ਲੱਭ ਲੱਭ ਕੇ ਵਿੱਚੋਂ ਲੱਭ ਲੱਭ ਕੇ ਇਹਦਾ ਅਰਥ ਕਮਲੇ ਬੰਦੇ ਦੇ ਹੱਥ ਵਿਚ ਆ ਗਈ ਅੱਗ ਤੇ ਹੁਣ ਜਾਂ ਤੇ ਉਹਨੂੰ ਦਵਾਈ ਮਿਲੇ ਤੇ ਜਾਂ ਉਹ ਅੱਗ ਨਾ ਆਵੇ ਉਹਦੇ ਹੱਥ ਵਿਚ ਦੋ ਹੀ ਗੱਲਾਂ ਨੇ ਜਿਹੜਾ ਧਰਮ ਦੀ ਵਿਦਿਆ ਬੜੀ ਬੜੀ ਮਹਿੰਗੀ ਵਿਦਿਆ ਸੀ ਇਹ ਸਿੱਧੀ ਨੀ ਵੀ ਤੁਸੀਂ ਕਿਤਾਬ ਵਿਚ ਪੜ੍ਹੋ ਤੇ ਸੁਣਾਉਣ ਲੱਗ ਪਓ ਸੰਗਤ ਕਰ ਕਰਕੇ ਸਮਝ ਕੇ ਹਾਂ ਜੇ ਸਿੱਧਾ ਵੀ ਪੜ੍ਹਨਾ ਉਹ ਇਕ ਕੈਟਾਗਰੀ ਹੈ ਸਿੱਧਾ ਪੜ੍ਹਨਾ ਤੇ ਉਹਦਾ ਇਕ ਨਿਯਮ ਹੈ ਕਿ ਜਿਹਦਾ ਜਿਹਦੀ ਸਮਝ ਆਉਂਦੀ ਏ ਪੂਰਾ ਕਲੀਅਰ ਹੁੰਦਾ ਉਹ ਬੋਲ ਦਿਓ ਜਿਹਦੀ ਸਮਝ ਨਹੀਂ ਆਉਂਦੀ ਉਹਨੂੰ ਬੰਦ ਕਰ ਦਿਓ ਨਹੀਂ ਸਮਝ ਆਉਣੀ ਵਾਲੀ ਜਦੋਂ ਦਸਵੇਂ ਪਾਤਸ਼ਾਹ ਦੀ ਫੀਮ ਖਾਣੇ ਵਾਲੀ ਗੱਲ ਕੀਤੀ ਆ ਛੇਵੇਂ ਪਾਤਸ਼ਾਹ ਦੇ ਬਾਰੇ ਮਾਤਾ ਕੌਲਾਂ ਵਾਲੀ ਵੀ ਘੋੜੇ ਤੇ ਬਿਠਾ ਕੇ ਲਿਆ ਉਹ ਚ ਸਮਝ ਨਾ ਆਉਣੇ ਵਾਲੀ ਕਿਹੜੀ ਗੱਲ ਆ ਸਮਝ ਆਈ ਆ ਬੋਲ ਦਿੱਤੀ ਸਿੱਧਾ ਹੀ ਆ ਤੁਸੀਂ ਸਿੱਧਾ ਕਹੋ ਤਾਂ ਜਿਹਦੇ ਨਾਲ ਭਾਈ ਸਾਡੀਆਂ ਮਾਨਤਾਵਾਂ ਟੁੱਟਦੀਆਂ ਆ ਉਹ ਨਾ ਬੋਲੋ ਬਸ ਹਨਾ ਕੰਮ ਨਹੀਂ ਇਹ ਤਰੀਕਾ ਹੈ ਉਹ ਵੀ ਪਰ ਅਸੀਂ ਕਹਿੰਦੇ ਹਾਂ ਅਸੀਂ ਉਹੀ ਫੁੱਲਣਾ ਹੈ ਜਿਹਦੇ ਨਾਲ ਬਸ ਸੁਰਖੀਆਂ ਚ ਰਹੀਏ ਬਸ ਏਦਾਂ ਨੀ ਨਾ ਚੱਲਣਾ ਜਿੱਦਾਂ ਸਾਡੇ ਦੂਜੇ ਬੰਦੇ ਕਰੀ ਜਾਂਦੇ ਨੇ ਗੁਰੂ ਗੁਰੂ ਦੀ ਗੱਲ ਜਾਂ ਇਹ ਵੀ ਕਰੀ ਜਾਂਦੇ ਏਦਾਂ ਥੋੜੀ ਹਾਂ ਏਦਾਂ ਇਹ ਕਰਦੇ ਨੇ ਇਹ ਕਰਦੇ ਤੁਸੀਂ ਆਪਣਾ ਠੀਕ ਦੱਸ ਦਿਓ ਆਪਣਾ ਦੱਸ ਦਿਓ ਆਪਣਾ ਦੱਸ ਦਿਓ ਬਸ ਬਸ ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਅੱਗਾ ਵੀ ਹੈ ਅੱਗੇ ਮੂਲ ਨਾ ਆਵਸੀ ਆਉਣ ਵਾਲੇ ਸਮੇਂ ਦੇ ਵਿਚ ਤੇਰੇ ਅੱਗੇ ਨਹੀਂ ਆਵੇਗਾ ਕਿ ਦੋਜਕ ਦੁੱਖ ਦੀ ਅੱਗ ਨਰਕਾਂ ਦੀ ਅੱਗ ਜਿਹੜੀ ਭਾਹੇ ਮੈਨੇ ਅਗਨੀ ਹੈ ਚਲੋ ਠੀਕ ਹੈ ਜੀ ਆਪਾਂ ਲਈਏ ਬ੍ਰੇਕ।